ਸਾਨੂੰ 21 ਤਰੀਕ ਨੂੰ ਚਿੱਠੀ ਗਈ ਸੀ ਪਿੰਡ ਕਿ ਟਰੱਸਟ ਵਾਲਿਆਂ ਨੂੰ ਵੀ ਇਹ ਸਰਪੰਚਾਂ ਦੇ ਨਾਲ ਬਹੁਤ ਹੀ ਮਾੜਾ ਵਤੀਰਾ ਕਰਦੇ ਆ, ਇਹਨਾਂ ਦਾ ਬੋਲਚਾਲ ਠੀਕ ਨਹੀਂ ਗਾ, ਅਤੇ ਸਾਨੂੰ ਸਖ਼ਤ ਹਦਾਇਤਾਂ ਸੀ ਕਿ ਤੁਸੀਂ 26 ਤਰੀਕ ਨੂੰ ਠੀਕ 11 ਵਜੇ ਵੀਡੀਓ ਦੇ ਦਫ਼ਤਰ ਪਹੁੰਚਣਾ। ਅਤੇ ਅਸੀਂ ਕਾਨੂੰਨ ਦੀ ਇੱਜ਼ਤ ਕਰਦੇ ਹੋਏ ਠੀਕ 10:30 ਵਜੇ ਵੀਡੀਓ ਸਾਹਿਬ ਦੇ ਦਫ਼ਤਰ ਪਹੁੰਚ ਗਏ ਹਾਂ, ਪਰ ਨਾ ਤਾਂ ਇੱਥੇ ਕੋਈ ਵੀਡੀਓ ਸਾਹਿਬ ਆ ਅਤੇ ਨਾ ਹੀ ਕੋਈ ਸਾਡਾ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਆ ਟਰੱਸਟ ਵਾਲਿਆਂ 'ਤੇ, ਨਾ ਹੀ ਕੋਈ ਸਾਡੇ ਪਿੰਡ ਦੇ ਜੋ ਕਿੰਨੇ ਪੰਚਾਇਤਾਂ ਉਹਨਾਂ ਵਿੱਚੋਂ ਕੋਈ ਵੀ ਨੁਮਾਇੰਦਾ ਇੱਥੇ ਨਹੀਂ ਪਹੁੰਚਿਆ। ਸੋ ਸਾਨੂੰ ਇੱਥੇ ਘੱਟ ਤੋਂ ਘੱਟ 1.5-2 ਘੰਟੇ ਹੋਏ ਚੱਲੇ ਆ, ਅਤੇ ਵੀਡੀਓ ਸਾਹਿਬ ਜੀ ਦੀ ਕੁਰਸੀ ਆ ਉਹ ਖਾਲੀ ਆ, ਅਤੇ ਟਾਈਮ ਵੇਖ ਲਓ ਸਾਹਮਣੇ ਵੀਡੀਓ ਸਾਹਿਬ ਦੇ ਦਫ਼ਤਰ ਵਿੱਚ ਇੱਕ ਟਾਈਮ ਪੀਸ ਲੱਗਾ ਵਾ ਅਜੰਤਾ ਦਾ, ਉਹਦੇ ਉੱਤੇ ਠੀਕ 12 ਵੱਜ ਗਏ ਆ, ਲਾਈਟ ਵੀ ਚੱਲ ਪਈ ਆ। ਅਤੇ ਇੱਧਰ ਮੈਂ ਕੈਮਰੇਮੈਨ ਨੂੰ ਕਹੂੰਗਾ ਭਾਅ ਜੀ ਥੋੜ੍ਹਾ ਕੁਰਸੀ ਵੱਲ ਘੁਮਾਇਓ, ਜਿਹੜੀ ਵੀਡੀਓ ਸਾਹਿਬ ਦੀ ਕੁਰਸੀ ਜਿਨ੍ਹਾਂ ਦੇ ਬਿਰਾਜਮਾਨ ਹੁੰਦੇ ਆ, ਅਤੇ ਜਿੱਥੋਂ ਲੋਕਾਂ ਦੇ ਪਿੰਡਾਂ ਦਾ ਭਵਿੱਖ ਤੈਅ ਹੁੰਦਾ, ਅਤੇ ਇਹ ਕੁਰਸੀ ਜਿਹੜੀ ਆ 12 ਵਜੇ ਤੱਕ ਬਿਲਕੁਲ ਖਾਲੀ ਹੈ, ਯਾਨੀ 12 ਵਜੇ ਹੈ ਇੱਥੇ ਆਫਿਸ ਦੇ। ਅਤੇ ਬੜੀ ਦੁੱਖ ਵਾਲੀ ਘਟਨਾ ਵਾ ਕਿ ਜਿਹੜੀ ਇਹਨਾਂ ਨੂੰ ਸਮੇਂ ਦੀ ਕਦਰ ਹੀ ਹੈ ਨਹੀਂ, ਅਫਸਰ ਬੰਦੇ ਇੱਦਾਂ ਦੇ ਆ, ਅਤੇ ਫਿਰ ਆਮ ਬੰਦੇ ਦਾ ਹਿਸਾਬ ਕਿਤਾਬ ਕੀ ਹੋਊਗਾ, ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਜੀ। ਜਿਹੜੀ ਵੀ ਗੱਲ ਅਸੀਂ ਕਰਦੇ ਹਾਂ ਕੋਈ ਇਹ ਅਸੀਂ ਆਪਣੇ ਮਨ ਘੜਤ ਗੱਲ ਨਹੀਂ ਕਰਦੇ, ਇਹ ਤੁਸੀਂ ਵੇਖ ਸਕਦੇ ਜੇ ਕਿ 26 ਤਰੀਕ ਨੂੰ ਠੀਕ 11 ਵਜੇ ਪਹੁੰਚਣ ਦੀ ਦਫ਼ਤਰ ਪਹੁੰਚਣ ਦੀ ਕਾਰਵਾਈ ਸੀ ਸਾਡੀ, ਅਸੀਂ ਤਾਂ ਪਹੁੰਚ ਗਏ ਹਾਂ, ਅਤੇ ਸਾਡਾ ਕਸੂਰ ਸਿਰਫ ਇਹ ਆ ਕਿ ਅਸੀਂ ਪੰਚਾਇਤਾਂ ਕੋਲੋਂ ਹਿਸਾਬ ਕਿਤਾਬ ਪੁੱਛਦੇ ਹਾਂ ਜੋ ਸਾਡਾ ਰਾਈਟ ਵਾ, ਕਿਉਂਕਿ ਹਿਸਾਬ ਕਿਤਾਬ ਤਾਂ ਅਸੀਂ ਪੁੱਛਣਾ ਜਦੋਂ ਅਸੀਂ ਵੋਟਾਂ ਪਾ ਕੇ ਇਹਨਾਂ ਨੂੰ ਸਰਪੰਚ ਆਪਣੇ ਪਿੰਡ ਦੇ ਨੁਮਾਇੰਦੇ ਚੁਣਿਆ ਵਾ, ਅਤੇ ਇਹ ਤਾਂ ਸਾਡਾ ਕਾਨੂੰਨੀ ਹੱਕ ਆ ਵੀ ਹਿਸਾਬ ਦਾ ਪੁੱਛਣਾ ਵਾ। ਬਾਕੀ ਸੱਚਾਈ ਸਾਹਮਣੇ ਉਹਨੂੰ ਤੁਹਾਡੇ ਸਾਹਮਣੇ ਪਤਾ ਹੀ ਆ, ਝੂਠ ਦੇ ਪੈਰ ਨਹੀਂ ਹੁੰਦੇ, ਕਿ ਹੁਣ ਝੂਠਾ ਬੰਦਾ ਇੱਥੇ ਕੋਈ ਵੀ ਹੈ ਨਹੀਂ ਗਾ,